ਪੰਜਾਬ ਸਰਕਾਰ ਦੇ ਰਵੱਈਏ ਤੋਂ ਉਦਯੋਗਪਤੀ ਨਾਖੁਸ਼ ਨੇ, ਕਹਿੰਦੇ 20 ਸਾਲਾਂ ਦੇ ਵਿੱਚ ਪ੍ਰਦੂਸ਼ਣ ਲੈ ਕੇ ਕਿੰਨਾ ਪੈਸਾ ਖਰਚਿਆ ਗਿਆ, ਇਹਦਾ ਵਾਈਟ ਪੇਪਰ ਜਾਰੀ ਕੀਤਾ ਜਾਵੇ। ਇਹ ਮਹਿਕਮਾ ਸਿਰਫ ਤੇ ਸਿਰਫ ਇੱਕ ਚਿੱਟਾ ਹਾਥੀ ਹੈ। ਇਹ ਦੱਸਣ, ਜਦੋਂ ਤੋਂ ਮਹਿਕਮਾ ਬਣਿਆ ਇਹਨਾਂ ਨੇ ਪ੍ਰਦੂਸ਼ਣ ਦੇ ਮਾਮਲੇ 'ਚ ਕਿਹੜਾ ਮਾਰਕਾ ਮਾਰਿਆ, ਕਿੰਨਾ ਕੁ ਪ੍ਰਦੂਸ਼ਣ ਬੰਦ ਕਰਾਇਆ। ਮੁੱਖ ਮੰਤਰੀ ਜੀ ਦੀ ਪੜਤਾਲ ਕਰਾਓ, ਪੜਤਾਲ ਕਰਾ ਕੇ ਵਾਈਟ ਪੇਪਰ ਜਾਰੀ ਕਰਾਓ, ਲੋਕਾਂ ਨੂੰ ਪਤਾ ਤਾਂ ਲੱਗੇ ਕਿ ਕਰੋੜਾਂ ਰੁਪਈਆ ਇੱਥੇ ਥੱਪ ਦਿੰਦੇ ਆ ਅਤੇ ਕੰਮ ਕੋਈ ਕਰਦਾ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੀ ਫਾਈਵ ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ। ਅੱਜ ਗੱਲ ਕਰਾਂਗੇ ਉਦਯੋਗਪਤੀਆਂ ਦੀ। ਪੰਜਾਬ ਸਰਕਾਰ ਦੇ ਰਵੱਈਏ ਤੋਂ ਉਦਯੋਗਪਤੀ ਨਾਖੁਸ਼ ਨੇ, ਕਹਿੰਦੇ 20 ਸਾਲਾਂ ਦੇ ਵਿੱਚ ਪ੍ਰਦੂਸ਼ਣ ਲੈ ਕੇ ਕਿੰਨਾ ਪੈਸਾ ਖਰਚਿਆ ਗਿਆ, ਇਹਦਾ ਵਾਈਟ ਪੇਪਰ ਜਾਰੀ ਕੀਤਾ ਜਾਵੇ। ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਾਹਿਬ ਨਾਲ। ਢਿੱਲੋਂ ਸਾਹਿਬ, ਕਿਵੇਂ ਦੇਖਦੇ ਹੋ ਜੀ ਇਸ ਰਵੱਈਏ ਨੂੰ ਲੈ ਕੇ ਜੀ? ਦੇਖੋ, ਲੁਧਿਆਣੇ ਦੇ ਜਿਹੜੇ ਉਦਯੋਗਪਤੀ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੁੱਢੇ ਨਾਲੇ ਦਾ ਮਾਮਲਾ ਬਹੁਤ ਗਰਮਾਇਆ, ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਵੀ ਕੀਤੀ। ਦੂਜੇ ਪਾਸੇ ਜਿਹੜੀਆਂ ਉਹ ਜਥੇਬੰਦੀਆਂ ਬਣੀਆਂ ਵੀਆਂ ਨੇ, ਇਹਨੂੰ ਕਾਲਾ ਪਾਣੀ ਵਾਲੀਆਂ, ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਬੁੱਢੇ ਨਾਲੇ 'ਤੇ ਬੰਨ ਮਾਰ ਦਿਆਂਗੇ, ਸਤਲੁਜ 'ਚ ਪਾਣੀ ਨਹੀਂ ਪੈਣ ਦਿਆਂਗੇ। ਇਹ ਜਿਹੜਾ ਸੀਸੂ ਪ੍ਰਧਾਨ ਨੇ, ਇਹਨਾਂ ਨੇ ਮੀਟਿੰਗ ਕੀਤੀ ਹੈ। ਪ੍ਰਧਾਨ ਨੇ ਉਪਕਾਰ ਸਿੰਘ ਆਹੂਜਾ, ਚਰਨਜੀਤ ਸਿੰਘ ਵਿਸ਼ਵ, ਜਿਹੜੇ ਜੀਤ ਸਿੰਘ, ਜਗਸੀਰ ਸਿੰਘ ਸੋਖੀ, ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਉੱਥੇ ਹੋਰ ਨੇ। ਉਹ ਕਹਿੰਦੇ ਬੁੱਢੇ ਨਾਲੇ ਦੇ ਦਰਿਆ, ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਨਾਂ ਹਰ ਸਾਲ ਤੇ ਪਰੇਸ਼ਾਨ ਕਰਦੇ ਹੈ ਕਥਿਤ ਰੂਪ ਦੇ ਵਿੱਚ ਪ੍ਰਦੂਸ਼ਣ ਰੋਕਥਾਮ ਦੇ ਬੋਰਡ ਵਾਲੇ ਸਾਨੂੰ। ਇਹ ਮਹਿਕਮਾ ਸਿਰਫ ਤੇ ਸਿਰਫ ਇੱਕ ਚਿੱਟਾ ਹਾਥੀ ਹੈ। ਇਹ ਦੱਸਣ, ਜਦੋਂ ਤੋਂ ਮਹਿਕਮਾ ਬਣਿਆ ਇਹਨਾਂ ਨੇ ਪ੍ਰਦੂਸ਼ਣ ਦੇ ਮਾਮਲੇ 'ਚ ਕਿਹੜਾ ਮਾਰਕਾ ਮਾਰਿਆ, ਕਿੰਨਾ ਕੁ ਪ੍ਰਦੂਸ਼ਣ ਬੰਦ ਕਰਾਇਆ, ਪਾਣੀ ਵਾਲਾ ਕਰਾਇਆ, ਹਵਾ ਵਾਲਾ ਕਰਾਇਆ ਜਾਂ ਧਰਤੀ ਵਾਲਾ ਕਰਾਇਆ ਹੈ। ਅਤੇ ਉਹ ਕਹਿੰਦੇ ਕਿ 20 ਸਾਲਾਂ ਦੇ ਵਿੱਚ ਇਸ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪੰਜਾਬ ਸਰਕਾਰ ਨੇ ਕਿੰਨਾ ਪੈਸਾ ਜਾਰੀ ਕੀਤਾ, ਕਿੰਨੇ ਕਰੋੜ, 100, 200, 500, 1000, ਉਹਨਾਂ ਦੇ ਮੁਤਾਬਕ 1000-1500 ਕਰੋੜ ਤੋਂ ਵੀ ਕਿਤੇ ਜ਼ਿਆਦਾ ਹੈ। ਦੱਸਿਆ ਜਾਵੇ ਕਦੋਂ ਕਦੋਂ ਕਿੰਨੀ ਗ੍ਰਾਂਟ ਆਈ ਅਤੇ ਪੈਸਾ ਆਇਆ, ਲੱਗਿਆ ਕਾਹਦੇ 'ਤੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸੀਂ ਬੇਨਤੀ ਕਰਦੇ ਹਾਂ, 20 ਸਾਲਾਂ ਦਾ ਇੱਕ ਸਫੈਦ ਪੱਤਰ ਜਾਰੀ ਕਰ ਦਿਓ ਕਿ ਆ ਇੱਥੇ ਯੰਤਰ ਲਾਏ, ਮਸ਼ੀਨਾਂ ਲਾਈਆਂ, ਜਿਨ੍ਹਾਂ ਨੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਤਾ, ਕਿੰਨਾ ਚਿਰ ਚੱਲਿਆ ਇਹ ਤਮਾਮ ਚੀਜ਼ਾਂ, ਇਹ ਲੋਕ ਮੰਗ ਕਰਦੇ ਆ। ਆ ਜਿਹੜੀ ਹੁਣ 600 ਕਰੋੜ ਜਾਰੀ ਹੋਇਆ ਸੀ ਇਸੇ ਸਰਕਾਰ ਦੇ ਵਿੱਚ, ਕਹਿੰਦੇ ਉਹਦੀਆਂ ਜਿਹੜੀਆਂ PDP ਡਿਟੇਲ ਪ੍ਰੋਜੈਕਟ ਰਿਪੋਰਟ ਹੈ ਉਹ ਮੇਲੇ ਨਹੀਂ ਖਾਂਦੀ, ਅਧਿਕਾਰੀ ਇੱਕ ਦੂਜੇ ਨਾਲ ਨਹੀਂ ਮਿਲਦੇ। ਵਿਧਾਨ ਸਭਾ ਦੀ ਕਮੇਟੀ ਨੇ ਕਿਹਾ ਇਹ ਜਿਹੜੀਆਂ ਰਿਪੋਰਟਾਂ ਤਿਆਰ ਕੀਤੀਆਂ ਉਹ ਪੈਸਾ ਕਿੱਥੇ ਲੱਗਿਆ ਦਿਖਾਇਆ ਤਾਂ ਜਾਵੇ, ਡਿਟੇਲ ਪ੍ਰੋਜੈਕਟ ਰਿਪੋਰਟ DPR। ਉਹ ਵਿਧਾਨ ਸਭਾ ਦੀ ਕਮੇਟੀ ਮੌਜੂਦਾ ਸਰਕਾਰ ਦੀ ਹੈ, ਵਿਧਾਨ ਸਭਾ ਦੀ ਸਾਰੀਆਂ ਪਾਰਟੀਆਂ ਦੇ ਆਗੂ ਉਹਦੇ ਮੈਂਬਰ ਨੇ। ਸੋ ਉਹ ਕਹਿੰਦੇ ਆ ਕਿ ਸਰਕਾਰ ਦੇ ਪੈਸੇ ਜਿਹੜੇ ਅਜਾਈ ਜਾਂਦੇ ਨੇ। ਮੁੱਖ ਮੰਤਰੀ ਜੀ ਦੀ ਪੜਤਾਲ ਕਰਾਓ,
ਪੜਤਾਲ ਕਰਾ ਕੇ ਵਾਈਟ ਪੇਪਰ ਜਾਰੀ ਕਰਾਓ, ਲੋਕਾਂ ਨੂੰ ਪਤਾ ਤਾਂ ਲੱਗੇ ਕਿ ਕਰੋੜਾਂ ਰੁਪਈਆ ਇੱਥੇ ਥੱਪ ਦਿੰਦੇ ਆ ਅਤੇ ਕੰਮ ਕੋਈ ਕਰਦਾ ਨਹੀਂ, ਕੋਈ ਉਹਦਾ ਬੰਦੋਬਸਤ ਨਹੀਂ, ਅਤੇ ਅੰਦਰ ਖਾਤੇ ਮੰਗ ਚੱਲਦੀ ਹੈ ਕਿ ਪ੍ਰੋਜੈਕਟ ਸੀਚੇਵਾਲ ਸਾਹਿਬ ਨੂੰ ਦੇ ਦਿਓ ਜਿੰਨਾ ਤੁਸੀਂ 20 ਸਾਲ 'ਚ ਖਰਚਤਾ, ਉਹ ਇਸ ਤੋਂ 10ਵੇਂ ਹਿੱਸੇ ਦੇ ਵਿੱਚ ਵੀ ਜੇ ਪ੍ਰੋਜੈਕਟ ਆਪਣੇ ਹੱਥਾਂ 'ਚ ਲੈ ਲੈਣਗੇ ਇਹਨੂੰ ਚਲਾ ਦੇਣਗੇ ਜੀ। ਸੋ ਲੁਧਿਆਣੇ ਦੇ ਬੁੱਢਾ ਨਾਲਾ ਕਾਫੀ ਸਮੇਂ ਤੋਂ ਸਮੱਸਿਆ ਬਣੀ ਹੋਈ ਹੈ, ਹਾਲਾਂਕਿ ਸਮਾਜ ਸੇਵੀਆਂ ਵੱਲੋਂ ਇਹਨੂੰ ਬੰਨ ਲਾਉਣ ਦੀ ਵੀ ਗੱਲ ਕੀਤੀ ਗਈ ਸੀ। ਹੁਣ ਵੇਖਣਾ ਹੋਵੇਗਾ ਪੰਜਾਬ ਸਰਕਾਰ ਬੁੱਢੇ ਨਾਲ ਲੈ ਕੇ ਕੀ ਕਦਮ ਚੁੱਕਦੀ ਹੈ ਤਾਂ ਜੋ ਸਫਾਈ ਹੋ ਸਕੇ, ਤਾਂ ਨਾਲ ਸਮਾਂ ਦੱਸੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।